ਕਰਤਾਰੀ ਚਮਤ ਪ੍ਰਤੀ ਮਾਲਕ ਸ਼ਬਦ ਗੁਰੂ ਧੰਮਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਪਵਿੱਤਰ ਨਿੱਕੀ ਗੋਲ ਦਾ ਆਨੰਦ ਪ੍ਰਾਪਤ ਕਰ ਰਹੇ ਗੁਰੂ ਖਾਲਸਾ ਸਤਸੰਗ ਜੀ, ਸਭ ਤੋਂ ਪਹਿਲਾਂ ਆਓ ਗੁਰੂ ਜੀ ਦੀ ਸਾਜ ਕਰੀਏ। ਕੋਈ ਰਸਨਾ ਬਾਜੀ ਨਾ ਰਹੇ, ਬਾਜ ਵੱਜ ਕੇ ਸਭ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਆਪ ਸਮੂਹ ਸੰਗਤਾਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਆਪ ਸਮੂਹ ਸੰਗਤਾਂ ਦਾ ਜਿੰਨੇ ਵੀ ਮਾਈ ਪਾਏ ਸਿੱਖ ਭੈਣ ਭਰਾ ਅੱਜ ਸੱਚੇ ਦੀਵਾਨ ਦੇ ਵਿੱਚ ਪਹੁੰਚੇ ਹਨ, ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਔਰ ਜੀਆ ਨੂੰ ਆਖਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰ ਆਪ ਜੀ ਦੀ ਹਾਜ਼ਰੀ ਗਾਵਿਆ ਸੁਣਿਆ ਜਸ ਆਪਣੇ ਦਰ 'ਤੇ ਪ੍ਰਵਾਨ ਕਰ। ਵਿਸ਼ੇਸ਼ ਤੌਰ 'ਤੇ ਧੰਨਵਾਦ ਜੀ ਬਲਵੰਤ ਸਿੰਘ ਜੀ ਜੋ ਨਨਕਾਣਾ ਸਾਹਿਬ ਦੇ ਸਮੂਹ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇ ਰਹੇ ਹਨ। ਆਪ ਸਮੂਹ ਸੰਗਤਾਂ ਦੇ ਉਪਰਾਲੇ ਸਦਕਾ ਜੋ ਇਹ ਪ੍ਰੋਗਰਾਮ ਯਾਨੀ ਬਲਵੰਤ ਸਿੰਘ ਜੀ ਨੇ ਰੱਖਿਆ ਹੈ ਕਿ ਨਨਕਾਣਾ ਸਾਹਿਬ ਦੇ ਸਮੂਹ ਵਿਦਿਆਰਥੀਆਂ ਵੱਲੋਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਦਿਆਂ ਜਪੀ ਸਾਹਿਬ ਨੇ ਪਾਠ ਕੀਤੀ ਹੈ ਬੱਚਿਆਂ ਵੱਲੋਂ, ਅਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਸਮਾਜਿਕ ਬੱਚਿਆਂ ਵੱਲੋਂ ਇਸ ਮਹਾਨ ਦੇਸ਼ ਨੂੰ ਸਮਰਪਿਤ ਰੱਖਿਆ ਗਿਆ ਹੈ, ਅਤੇ ਸਮੂਹ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਕਿਤਾਬ ਦੀ 550 ਕੀਤੀ ਗਈ ਹੈ। ਹੁਣ ਇਸ ਵੇਲੇ ਨਵੇਂ ਮਹੱਲੇ ਦੇ ਵਿੱਚ ਜੋ ਰਾਜਨੀਤੀਆਂ ਕਿਰਤੀ ਯੋਜਨਾ ਆਸਨ ਕਰਾਂਗੇ, ਸੋ ਮੈਂ ਇੱਕ ਵਾਰੀ ਫਿਰ ਆਸਨ ਕਰਾਂਗਾ ਔਰ ਵਿਸ਼ੇਸ਼ ਤੌਰ 'ਤੇ ਸ਼ੁਭ ਮਾਤਾ ਕਰਾਂਗਾ ਜਿਹਨਾਂ ਨੇ ਆਪਣੇ ਬੱਚੇ ਨੂੰ ਪ੍ਰੇਰ ਕੇ ਇਹ ਜੋ ਜ਼ਿੰਦਗੀ ਇਸ ਤਰ੍ਹਾਂ ਤੁਹਾਡੇ ਵੀ ਅਧਿਆਪਕਾਂ ਸਿੱਖਿਆ ਕਰਨ ਉਸ ਮੈਸੇਜ ਨੂੰ ਉਸ ਬਾਣੀ ਨੂੰ ਉਸ ਸਿੱਖਿਆ ਦਾ ਸੋਚਾਂਗੇ। ਇਹ ਜਿਹੜਾ ਪ੍ਰੋਗਰਾਮ ਹੈ ਜਿਹੜੇ ਬੱਚੇ ਸਿੱਖੀ ਦੇ ਨਾਲ ਜੋ ਆਪਣੇ ਸਿੱਖ ਦੇ ਸੰਪੂਰਨ ਕਰਨੀ ਹੋ ਸਕੇ, ਸੋ ਇੱਕ ਵਾਰ ਫਿਰ ਸਮੂਹ ਸੰਗਤਾਂ ਦਾ ਸਮੂਹ ਵਿਦਿਆਰਥੀਆਂ ਦਾ ਸਮੂਹ ਰਾਜੀ ਬੱਚੇ ਪੂਰਾ ਬੱਚਿਆਂ ਨੂੰ ਕਿ ਜੋ ਸਹਿਜ ਪਾਠ ਬੱਚਿਆਂ ਵੱਲੋਂ ਕੀਤਾ ਗਿਆ ਹੈ ਇਸਦੇ ਸਮਾਪਤੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
आशीर्वाद।